ਜੀ, ਵਾਹਿਗੁਰੂ ਸਾਹਿਬ ਜੀਓ। ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਹਿ ਪਠਾਇਆ, ਚਰਨ ਧੋਏ ਰਹਿਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ, ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ, ਇਹ ਜੋ ਪਾਵਨ ਬਚਨ ਆਪ ਜੀ ਨੇ ਸਰਵਨ ਕੀਤੇ ਨੇ, ਇਹ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾਵਾਂ ਪਹਿਲੀ ਵਾਰ ਦੀ ਇਹ 23ਵੀਂ ਪੌੜੀ ਹੈ। 22ਵੀਂ ਪੌੜੀ ਦੀ ਵਿਚਾਰ ਕੱਲ੍ਹ ਆਪਾਂ ਕੀਤੀ ਸੀ ਜੀ। ਇਹ ਜੋ ਪਾਠ ਆਪ ਜੀ ਨੇ ਅੱਜ ਸਰਵਨ ਕੀਤਾ ਪਾਵਨ ਪੌੜੀ ਦਾ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਇਹਦਾ ਕੇਂਦਰੀ ਭਾਵ ਹੈ, ਅਖੀਰਲੀ ਪੰਕਤੀ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਲਯੁਗ ਦੇ ਦੁਖੀ ਜੀਵਾਂ ਦਾ ਉਧਾਰ ਕਰਨ ਦੇ ਲਈ ਸੰਸਾਰ ਦੇ ਉੱਪਰ ਆਏ। ਤੋ ਧਿਆਨ ਦਿਓ, ਜਿਹੜੀ ਤੀਸਰੀ ਗੁਰਮੁਖੋ ਪੌੜੀ ਦੀ ਸਮਾਪਤੀ ਸੀ ਨਾ, ਕੱਲ੍ਹ ਆਪਾਂ ਵਿਚਾਰ ਕੀਤੀ ਸੀ ਵੀ ਧਰਮ ਧੌਲ ਪੁਕਾਰੈ ਤਲੈ ਖੜੋਆ, ਵੀ ਧੌਲ ਰੂਪੀ ਜਿਹੜਾ ਧਰਮ ਹੈ ਉਹ ਪੁਕਾਰ ਕਰਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਅੱਗੇ। ਧਰਮ ਦੇ ਚਾਰ ਪੈਰ ਸਨ, ਚਾਰਾਂ ਪੈਰਾਂ ਵਿੱਚੋਂ ਕਲਯੁਗ ਦੇ ਵਿੱਚ ਉਹ ਧਰਮ ਰੂਪੀ ਜਿਹੜਾ ਧੌਲਾ ਬਲਦ ਹੈ ਉਹ ਇੱਕੋ ਹੀ ਪੈਰ 'ਤੇ ਖੜੋਤਾ, ਤਿੰਨ ਪੈਰ ਉਹਦੇ ਖਤਮ ਹੋ ਗਏ।
ਫਿਰ ਉਹ ਪੁਕਾਰਦਾ ਵੀ ਇੰਨਾ ਭਾਰ ਮੇਰੇ ਕੋਲੋਂ ਪਰਮਾਤਮਾ ਸਹਿਆ ਨਹੀਂ ਜਾ ਰਿਹਾ। ਕਿਹਨੇ ਪੁਕਾਰ ਕੀਤੀ? ਧਰਮ ਰੂਪੀ ਧੌਲ ਬਲਦ ਨੇ। ਤੋ ਫਿਰ ਪਰਮਾਤਮਾ ਜੀ ਨੇ ਉਹ ਪੁਕਾਰ ਨੂੰ ਸੁਣਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਸੰਸਾਰ ਦੇ ਉੱਪਰ ਆਏ ਧਰਮ ਦੇ ਪੈਰਾਂ ਨੂੰ ਮਜ਼ਬੂਤ ਕਰਨ ਦੇ ਲਈ। ਤੋ ਕੱਲ੍ਹ ਕੁਝ ਸੰਗਤਾਂ ਦੇ ਵੱਲੋਂ ਇਹ ਵੀ ਜਿਹੜਾ ਸੀ ਸਵਾਲ ਆਇਆ ਸੀ ਵੀ ਭਾਈ ਸਾਹਿਬ ਫਿਰ ਧਰਮ ਦੇ ਉਹ ਚਾਰ ਪੈਰ ਕਿਹੜੇ ਨੇ? ਤੋ ਅੱਗੇ ਆਪਾਂ ਪੰਕਤੀ ਆਉਣੀ ਆ, ਆਪਾਂ ਉਹ ਵਿਚਾਰਾਂਗੇ। ਇਸੇ ਪਾਵਨ ਪੌੜੀ ਦੇ ਵਿੱਚ ਹੈ ਅਤੇ ਆਓ ਗੁਰਮੁਖੋ ਆਪਾਂ ਇਹਨੂੰ ਇੱਕ ਇੱਕ ਬਚਨ ਯਤਨ ਕਰਦੇ ਹਾਂ ਸਮਝਣ ਦਾ। ਇਹ ਪ੍ਰੋਜੈਕਟਰ ਅੱਜ ਤੁਹਾਡਾ ਚੱਲ ਨਹੀਂ ਰਿਹਾ, ਇਹਦਾ ਕਾਰਨ ਹੈ ਵੀ ਇਹਦੀ ਸੈਟਿੰਗ ਨਹੀਂ ਸਹੀ ਹੋ ਰਹੀ, ਉੱਪਰ ਤੋਂ ਵਾਰ ਵਾਰ ਇਹਨੂੰ ਸਮੱਸਿਆ ਆਉਂਦੀ ਹੈ ਕਿਉਂਕਿ ਇਹ ਕੰਧ ਨਾਲ ਲਾਉਣਾ ਪੈਂਦਾ ਅਤੇ ਕੰਧ ਦੇ ਨਾਲ ਉਹ ਏ ਸੀ ਲੱਗਿਆ ਸੈੱਟ ਨਹੀਂ ਹੋ ਰਿਹਾ, ਇਹ ਇੱਧਰ ਨੂੰ ਕਰਕੇ ਲਾਇਆ ਹੋਇਆ, ਉਹ ਝੂਲਦਾ ਰਹਿੰਦਾ ਅਤੇ ਉਹ ਟੁੱਟ ਗਈ ਕੱਲ੍ਹ ਤਾਰ ਇਹਦੀ। ਤੋ ਅੱਜ ਦੁਬਾਰਾ ਸੈੱਟ ਕਰਾਵਾਂਗੇ, ਫਿਰ ਕੱਲ੍ਹ ਨੂੰ ਗੁਰੂ ਬਾਬਾ ਕਿਰਪਾ ਕਰੇ ਪ੍ਰੋਜੈਕਟਰ 'ਤੇ ਵੇਖਾਂਗੇ। ਪਰ ਅੱਜ ਆਪਾਂ ਨੂੰ ਕਿਹੜਾ ਇੱਦਾਂ ਹੀ ਸੁਣਨ ਵੱਲ ਧਿਆਨ ਦੇਣਾ ਪੈਣਾ। ਸੁਣੀ ਪੁਕਾਰ ਦਤਾਰ ਪ੍ਰਭ, ਦਾਤਾਂ ਦੇਣ ਵਾਲੇ ਉਸ ਪਰਮੇਸ਼ਰ ਵਾਹਿਗੁਰੂ ਨੇ ਧਰਮ ਦੀ ਪੁਕਾਰ ਨੂੰ ਸੁਣਿਆ ਅਤੇ ਉਹਦਾ ਹੱਲ ਕੀ ਕੀਤਾ? ਗੁਰੂ ਨਾਨਕ ਜਗ ਮਾਹੇ ਪਠਾਇਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸੰਸਾਰ 'ਤੇ ਉਸ ਦਤਾਰ ਪ੍ਰਭੂ ਨੇ ਭੇਜਿਆ। ਪਠਾਇਆ ਦਾ ਅਰਥ ਹੁੰਦਾ ਭੇਜਣਾ। ਪਹਿਲੀ ਤਾਂ ਇਹ ਸਵਾਲ ਹੱਲ ਹੋ ਗਈ ਸਮੱਸਿਆ ਵੀ ਉਹ ਪਰਮਾਤਮਾ ਧਰਮ ਦੀ ਗੱਲ ਨੂੰ ਸੁਣਦਾ ਹੈ। ਧਰਮ ਰੂਪੀ ਬਲਦ ਨੇ ਪੁਕਾਰ ਕੀਤੀ ਨਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਉਸ ਪੁਕਾਰ ਨੂੰ ਸੁਣ ਕੇ ਸੰਸਾਰ ਉੱਤੇ ਭੇਜੇ ਗਏ। ਗੁਰੂ ਨਾਨਕ ਜਗ ਮਾਹੇ ਪਠਾਇਆ। ਹੁਣ ਦੂਸਰਾ ਇਹ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੰਸਾਰ ਉੱਤੇ ਆ ਕੇ ਫਿਰ ਕਿਹੜੀ ਰੀਤ ਦੇ ਨਾਲ ਦੁਨੀਆਂ ਦੇ ਲੋਕਾਂ ਨੂੰ ਤਾਰਿਆ, ਸੰਸਾਰ ਦੇ ਜੀਵਾਂ ਨੂੰ ਬਚਾਇਆ? ਅਤੇ ਅਗਲਾ ਬਚਨ ਹੈ, ਦੂਸਰਾ ਬਚਨ, ਤਰੀਕਾ ਕੀ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ? ਚਰਨ ਧੋਏ ਰਾਹ ਰਾਸ ਕਰ। ਰਾਹ ਰਾਸ ਦਾ ਅਰਥ ਹੁੰਦਾ ਰਾਹ ਰੀਤ, ਇੱਥੇ ਜੋ ਪ੍ਰਕਰਨ ਦੇ ਵੈਸੇ ਰਹਿ ਰਾਸ ਦਾ ਅਰਥ ਰਸਤੇ ਦੀ ਪੂੰਜੀ ਵੀ ਬਣਦਾ, ਪ੍ਰਕਰਨ ਦੇ ਅਨੁਸਾਰ ਇੱਥੇ ਬਣੇਗਾ ਰਹੋ ਰੀਤ ਪ੍ਰਗਟ ਕਰਤੀ ਤਰੀਕਾ। ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਫਿਰ ਸੰਸਾਰ ਵਿੱਚ ਚਰਨ ਧੋਣ ਦੀ ਰੀਤ ਅਪਣਾਈ। ਚਰਨ ਧੋਏ ਰਹਿ ਰਾਸ ਕਰ, ਚਰਨ ਧੋਣ ਦੀ ਰੀਤ ਪੈਦਾ ਕੀਤੀ। ਚਰਨ ਧੋਣ ਦਾ ਅਰਥ ਹੁੰਦਾ ਨਿਮਰਤਾ, ਇਹਨੂੰ ਤਾਂ ਬੜੇ ਧਿਆਨ ਨਾਲ ਸਮਝੋ। ਜਦੋਂ ਵੀ ਕਿਸੇ ਵੱਡੇ ਬਜ਼ੁਰਗ ਦੀ ਸੇਵਾ ਕੀਤੀ ਜਾਂਦੀ ਆਪਾਂ ਕਹਿੰਦੇ ਲਿਆ ਤੇਰੇ ਪੈਰ ਨੱਪਾਂ, ਇਹ ਕਹਿੰਦੇ ਹਾਂ ਨਾ, ਲਿਆ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰੀਏ, ਇਹ ਹੁੰਦਾ ਨਾ ਗੁਰਮੁਖੋਂ। ਇੱਦਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਇੱਦਾਂ। ਤੋ ਕਹਿਣ ਦਾ ਭਾਵ ਕੀ ਹੁੰਦਾ? ਚਰਨ ਸਰੀਰ ਵਿੱਚ ਸਭ ਤੋਂ ਨੀਵੇਂ ਨੇ,
ਜਦੋਂ ਪੂਜਾ ਕੀਤੀ ਜਾਂਦੀ ਉਦੋਂ ਪੈਰਾਂ ਦੀ ਕੀਤੀ ਜਾਂਦੀ ਹੈ, ਚਰਨਾਂ ਦੀ ਪੂਜਾ ਕੀਤੀ ਜਾਂਦੀ ਹੈ ਨਾ, ਜਦੋਂ ਨਿਮਰਤਾ ਦਿਖਾਉਣੀ ਪੈਂਦੀ ਕਹਿੰਦੇ ਲਿਆ ਤੇਰੇ ਚਰਨੀ ਪਵਾਂ, ਚਰਨੀ ਹੀ ਪਿਆ ਜਾਂਦਾ, ਕਾਰਨ ਕੀ ਵੀ ਚਰਨ ਨੀਵੇਂ ਨੇ ਸਭ ਤੋਂ। ਇੱਦਾਂ ਕਰਕੇ ਗੁਰ ਕੇ ਚਰਨ ਧੋਏ ਧੋਏ ਪੀਵਾਂ, ਚਰਨਾਂ ਦੀ ਗੱਲ ਚੱਲਦੀ ਹੈ ਨਾ, ਕਿਉਂਕਿ ਸਰੀਰ ਵਿੱਚ ਚਰਨ ਸਭ ਤੋਂ ਨੀਵੇਂ ਨੇ। ਇੱਦਾਂ ਤੋ ਇਸ ਕਰਕੇ ਚਰਨ ਧੋਏ ਰਹਿਰਾਸ ਕਰ, ਰਹਿਰਾਸ ਦਾ ਅਰਥ ਹੈ ਰਹੁ ਰੀਤ ਚਲਾਈ, ਚਰਨ ਧੋਣ ਦੀ ਰੀਤ ਚਲਾਈ। ਅਰਥ ਕੀ ਬਣਿਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੰਸਾਰ ਉੱਤੇ ਪਰਮਾਤਮਾ ਦੇ ਦਰ ਤੋਂ ਕੁਛ ਪ੍ਰਾਪਤ ਕਰਨ ਦੇ ਲਈ ਨਿਮਰਤਾ ਦਾ ਤਰੀਕਾ ਅਪਣਾਇਆ, ਵੀ ਨਿਮਰਤਾ ਤੋਂ ਬਿਨਾਂ ਰੱਬ ਦੇ ਘਰੋਂ ਭਾਈ ਦਾਤਾਂ ਨਹੀਂ ਜੇ ਮਿਲਦੀਆਂ। ਇਸ ਕਰਕੇ ਚਰਨ ਧੋਏ ਰਹਿਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਅੱਛਾ, ਇਹਦੇ ਅਰਥ ਬੜੇ ਧਿਆਨ ਨਾਲ ਸਮਝਣੇ ਆ, ਕਿਉਂਕਿ ਨਾ ਕਈ ਜਿਹੜੇ ਬਾਬੇ ਨੇ ਉਹ ਇੱਦਾਂ ਇਹਦੇ ਅਰਥ ਕਰਦੇ ਆ। ਸਨਾਤਨ ਧਰਮ ਦੇ ਵਿੱਚ ਵੀ ਮੈਂ ਦੇਖਿਆ ਕਈ ਇੱਦਾਂ ਕਿ ਵੀ ਪੈਰ ਧੋ ਕੇ ਅਤੇ ਇੱਦਾਂ ਸੇਵਕਾਂ ਨੂੰ ਪਿਲਾ ਦੇਣਾ। ਸੋਡੇ ਇੱਕ ਬਾਬਾ ਸੀ ਹਰਿਆਣੇ ਦਾ, ਰਾਮਪਾਲ, ਉਹ ਵੀ ਕਰਦਾ ਸੀ ਇੱਦਾਂ। ਇੱਦਾਂ ਬਹੁਤ ਬਹੁਤ ਥਾਵਾਂ ਉੱਤੇ ਵੇਖਿਆ ਜਾਂਦਾ, ਕਈ ਥਾਵਾਂ ਉੱਤੇ ਸਾਡੀਆਂ ਜਿਹੜੀਆਂ ਭੋਲੀਆਂ ਸੰਗਤਾਂ ਹੁੰਦੀਆਂ ਨੇ ਉਹ ਕਈ ਵਾਰ ਜਿਹੜਾ ਉਹ ਆਪਾਂ ਬਾਹਰ ਪੈਰਾਂ ਨੂੰ ਧੋ ਕੇ ਸਾਫ਼ ਕਰਕੇ ਅੰਦਰ ਆਉਣ ਦੀ ਥਾਂ ਉਹ ਚਰਨ ਗੰਗਾ ਬਣਾਈ ਹੁੰਦੀ ਹੈ। ਕਈ ਕਈ ਸੰਗਤਾਂ ਉੱਥੋਂ ਇੱਦਾਂ, ਇੱਥੇ ਤਾਂ ਰਿਵਾਜ਼ ਤੁਹਾਡੇ ਹੈ ਨਹੀਂ, ਕਈ ਧਾਰਮਿਕ ਇਤਿਹਾਸਕ ਸਥਾਨਾਂ 'ਤੇ ਦੇਖਿਆ ਉਹ ਪੀ ਲੈਂਦੀਆਂ ਸੰਗਤਾਂ। ਵੇਖੋ ਜੀ, ਇਹ ਸੰਗਤਾਂ ਦੇ ਚਰਨਾਂ ਦੀ ਧੂੜ ਹੈ। ਇੱਦਾਂ ਵੀ ਲੁਧਿਆਣੇ ਮੈਂ 2-3 ਸਾਲ ਕੋਲ ਕਥਾ ਦੀ ਸੇਵਾ ਕੀਤੀ, ਦੁੱਖ ਨਿਵਾਰਨ ਸਾਹਿਬ ਗੁਰਦੁਆਰਾ, ਉੱਥੇ ਮੈਂ ਪਹਿਲੀ ਵਾਰ ਗਿਆ। ਉੱਥੇ ਨਾ ਜੋੜੇ ਘਰ ਦੇ ਵਿੱਚ ਇੱਦਾਂ ਨਿੱਕੀਆਂ ਨਿੱਕੀਆਂ ਪੁੜੀਆਂ ਬਣਾਈਆਂ, ਇੱਦਾਂ ਮੈਂ ਪਹਿਲੀ ਵਾਰ ਜਦੋਂ ਗਿਆ ਮੈਂ ਕਿਹਾ ਵੀ ਇਹ ਕੀ ਹੈ, ਕਹਿਣ ਲੱਗੇ ਜਿਹੜੀ ਸੰਗਤਾਂ ਦੀ ਚਰਨ ਧੂੜ ਹੈ ਇਹ ਪੁੜੀਆਂ 'ਚ, ਇੱਦਾਂ ਵੀ ਸੰਗਤਾਂ ਜੋੜੇ ਜਮ੍ਹਾਂ ਕਰਾਉਂਦੀਆਂ ਅਤੇ ਜੋੜਿਆਂ ਦੇ ਥੱਲੋਂ ਜਿਹੜੀ ਮਿੱਟੀ ਹੁੰਦੀ ਹੈ ਇੱਦਾਂ ਉਹ ਜੋੜੇ ਘਰ ਵਾਲੇ ਇੱਦਾਂ ਉਤਾਰ ਲੈਂਦੇ ਸੀ, ਉਹਨੂੰ ਪੁੜੀ 'ਚ ਪਾ ਪਾ ਕੇ ਲਓ ਜੀ ਸੰਗਤਾਂ ਦੇ ਚਰਨਾਂ 'ਚ ਧੂੜ ਲੈ ਜਾਓ। ਇੱਦਾਂ ਦਾ ਪਖੰਡ ਵੀ ਚੱਲਦਾ ਸੀ ਨਾ, ਵੀ ਵਿਚਾਰਨਾ ਨਹੀਂ ਆ ਉਹ ਗੱਲ ਨੂੰ ਉਸੇ ਤਰ੍ਹਾਂ। ਤੋ ਇੱਦਾਂ ਦਾ ਰਿਵਾਜ਼ ਤੁਸੀਂ ਹੈਰਾਨ, ਆਪਾਂ ਕਈ ਵਾਰ ਨਾ ਜਿਹੜੇ ਬੰਦੇ ਨੇ ਦੇਖਿਆ ਨਹੀਂ ਹੁੰਦਾ ਕਹਿੰਦਾ ਲੈ ਇੱਦਾਂ ਕਿਵੇਂ ਹੋ ਸਕਦਾ, ਪਰ ਬਹੁਤ ਥਾਵਾਂ ਉੱਤੇ ਚੱਲਦਾ ਜੀ ਇੱਦਾਂ, ਇੱਦਾਂ ਚੱਲਦਾ ਬਹੁਤ ਥਾਵਾਂ 'ਤੇ। ਅੱਛਾ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਹੁਣ ਇਹਦੇ ਸਿੱਧੇ ਜਿਹੇ ਅਰਥ ਇਹ ਹੋਣਗੇ ਵੀ ਚਰਨਾਂ ਦੇ ਵਿੱਚੋਂ ਅੰਮ੍ਰਿਤ ਗੁਰੂ ਨੇ ਸਿੱਖਾਂ ਨੂੰ ਪਿਲਾਇਆ, ਅਤੇ ਉਹਦੇ ਅਰਥ ਇਹ ਕੀਤੇ ਜਾਂਦੇ ਨੇ ਵੀ ਜੀ ਚਰਨ ਧੋਤੇ ਜਾਂਦੇ ਸੀ ਅਤੇ ਪਾਣੀ ਸਿੱਖ ਪੀ ਲੈਂਦੇ ਸੀ। ਬਿਲਕੁਲ ਨਹੀਂ ਜੀ, ਇੱਦਾਂ ਇੱਦਾਂ ਦੇ ਅਰਥ ਨਹੀਂ ਹੋ ਸਕਦੇ, ਕਿਉਂਕਿ ਗੁਰੂ ਬਾਬੇ ਨੇ ਜਦੋਂ ਭਾਈ ਮਰਦਾਨੇ ਨੂੰ ਆਪਣਾ ਸਿੱਖ ਬਣਾਇਆ ਨਾ, ਅਤੇ ਕੀ ਕਿਹਾ, ਮਰਦਾਨਿਆਂ ਤੂੰ ਮੇਰਾ ਭਰਾ ਹੈ। ਜਿਹੜਾ ਸਿੱਖਾਂ ਦਾ ਅਤੇ ਗੁਰੂ ਦਾ ਸੰਬੰਧ ਹੈ ਨਾ, ਉਹ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇੱਦਾਂ ਦਾ ਪਿਆਰ ਹੈ ਗੁਰੂ ਅਤੇ ਸਿੱਖ ਦਾ। ਗੁਰੂ ਚੇਲੇ ਵਾਲਾ ਪਿਆਰ ਤਾਂ ਪਾਇਆ ਹੀ ਨਹੀਂ ਬਾਬੇ ਨੇ, ਵੀ ਤੂੰ ਮੇਰੀ ਸੇਵਾ ਕਰ, ਆ ਮੇਰੇ ਪੈਰ ਘੁੱਟ। ਕਿਤੇ ਮਿਲਦਾ ਕਿਤੇ ਇੱਦਾਂ ਵੀ ਬਾਬੇ ਨੇ ਕਿਹਾ ਵੀ ਚੱਲ ਚੱਲ ਲੈਣੇ ਆ ਮੇਰੇ ਪੈਰ ਹੀ ਘੁੱਟਦੇ ਅੱਜ, ਇੱਦਾਂ ਕਦੇ ਨਹੀਂ ਕੀਤਾ ਬਾਬੇ ਨੇ। ਬਾਬੇ ਨੇ ਕਿਹਾ ਲੈਣੇ ਆ ਬਚਨ ਮਨ ਸੰਗਤਾਂ ਦੀ ਸੇਵਾ ਕਰ ਅਤੇ ਪਰਮਾਤਮਾ ਦਾ ਨਾਮ ਜਪ, ਆਹੀ ਕਿਹਾ ਨਾ। ਆਪਣੀ ਸੇਵਾ ਨਹੀਂ ਬਾਬੇ ਨੇ ਕਰਾਈ,
ਵੀ ਮੇਰੇ ਪੈਰ ਘੁੱਟਦੇ, ਮੇਰੇ ਚਰਨ ਧੋਦੇ, ਬਿਲਕੁਲ ਨਹੀਂ ਗੁਰਮੁਖ ਐਸਾ ਮਿਲੇਗਾ। ਤੋ ਚਰਨਾ ਅੰਮ੍ਰਿਤ ਪਰਾਉਣ ਦਾ ਅਰਥ ਹੈ ਨਿਮਰਤਾ ਰੂਪੀ ਅੰਮ੍ਰਿਤ ਪਿਲਾਇਆ, ਕਿਉਂਕਿ ਪਰਮੇਸ਼ਰ ਦੇ ਗੁਣਾਂ ਨੂੰ ਵੀ ਅੰਮ੍ਰਿਤ ਕਿਹਾ ਬਾਣੀ ਦੇ ਅੰਦਰ। ਇਹਨੂੰ ਤਾਂ ਬੜੇ ਧਿਆਨ ਨਾਲ ਸਮਝੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਰੱਬੀ ਬਖਸ਼ੀਆਂ ਦਾਤਾਂ ਨੂੰ ਵੀ ਅੰਮ੍ਰਿਤ ਕਿਹਾ। ਰੱਬ ਦੇ ਜਿਹੜੇ ਰੱਬੀ ਗੁਣ ਨੇ ਉਹ ਅੰਮ੍ਰਿਤ ਨੇ, ਅਤੇ ਰੱਬੀ ਗੁਣ ਕੀ ਹੈ? ਨਿਮਰਤਾ ਇੱਕ ਰੱਬੀ ਗੁਣ ਹੈ। ਨਿਮਰਤਾ ਦਾ ਅੰਮ੍ਰਿਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿੱਖਾਂ ਨੂੰ ਪਿਲਾਇਆ। ਚਰਨਾ ਅੰਮ੍ਰਿਤ ਭਾਵ ਕਿ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਗੁਰਮੁਖੋਂ ਪਹਿਲੇ ਪੈਗੰਬਰ ਨੇ ਜਿਨ੍ਹਾਂ ਨੇ ਇਹ ਕਿਹਾ, ਭਾਈ ਨਿਮਰਤਾ ਤੋਂ ਬਿਨਾਂ ਚੇਤਾ ਰੱਖੋ ਜੇ ਰੱਬ ਦੇ ਘਰੋਂ ਕੋਈ ਦਾਤ ਨਹੀਂ ਪ੍ਰਾਪਤ ਹੁੰਦੀ। ਮਿੱਠ ਤਨੀਵੀ ਨਾਨਕਾ ਗੁਣ ਚੰਗਿਆਈਆਂ, ਤੱਤ ਕਿਹਾ ਨਾ ਬਾਬਾ ਜੀ। ਮਿੱਠਾ ਬੋਲਣਾ ਅਤੇ ਨੀਵਾਂ ਰਹਿਣਾ ਇਹ ਸਾਰੀਆਂ ਚੰਗਿਆਈਆਂ ਦਾ ਤੱਤ ਹੈ। ਤੱਤ ਕੀ ਹੁੰਦਾ? ਬਿਲਕੁਲ ਨਰੋਲ ਅਸਲ ਸੱਚਾਈ। ਨਿਮਰਤਾ ਦੀ ਦਾਤ ਬਾਬੇ ਨੇ ਸਿੱਖ ਦੀ ਝੋਲੀ ਗੁਰਮੁਖੋਂ ਪਾਈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਪੁੱਛਿਆ ਸੀ ਸੁਕੁਲ ਸਿੱਖਾਂ ਨੇ, ਸਤਿਗੁਰੂ ਪਾਤਸ਼ਾਹ ਇਹ ਸਿੱਖੀ ਦਾ ਜਿਹੜਾ ਇੰਨਾ ਵੱਡਾ ਦਰਖਤ ਹੈ ਇਹਦੀ ਜੜ ਕੀ ਹੈ, ਇਹਦੇ ਪੱਤੇ ਕਿਹੜੇ ਨੇ? ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਨਿਮਰਤਾ ਸਿੱਖੀ ਦੀ ਜੜ ਹੈ। ਜਿੰਨੀ ਨਿਮਰਤ ਜੜ ਮਜ਼ਬੂਤ ਹੋਵੇਗੀ ਉਨਾ ਦਰਖਤ ਮਜ਼ਬੂਤ ਹੁੰਦਾ। ਪਾਤਸ਼ਾਹ ਕਹਿੰਦੇ ਜਿੰਨੀ ਸਿੱਖਾਂ ਅੰਦਰ ਨਿਮਰਤਾ ਹੋਵੇਗੀ ਉਨਾ ਇਹ ਧਰਮ ਜਿਹੜਾ ਸਿੱਖੀ ਹੈ ਮਜ਼ਬੂਤ ਹੋਵੇਗੀ। ਤੋ ਨਿਮਰਤਾ ਦੀ ਦਾਤ ਬਾਬੇ ਨੇ ਸਿਖਾਈ ਗੁਰਮੁਖੋਂ ਸਾਨੂੰ, ਬਹੁਤ ਵੱਡੀ ਦਾਤ ਹੈ। ਤੋ ਇਸੇ ਤਰ੍ਹਾਂ ਚਰਨ ਧੋਏ ਰਹਿ ਰਾਸ ਕਰ, ਰਹਿ ਰਾਸ ਦਾ ਅਰਥ ਹੈ ਰਹੁ ਰੀਤ ਚਲਾਈ, ਤਰੀਕਾ ਅਪਣਾਇਆ। ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਨਿਮਰਤਾ ਰੂਪੀ ਅੰਮ੍ਰਿਤ ਗੁਰੂ ਬਾਬੇ ਨੇ ਸਿੱਖਾਂ ਨੂੰ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਇੱਕ ਵਾਹਿਗੁਰੂ ਪਰਮੇਸ਼ਰ ਜੋ ਬ੍ਰਹਮ ਸਾਰਿਆਂ ਦੇ ਵਿੱਚ ਪੂਰਨ ਵਸਿਆ ਹੋਇਆ ਹੈ। ਕਲ ਯੁਗ ਅੰਦਰ ਇੱਕ ਦਿਖਾਇਆ, ਗੁਰੂ ਬਾਬੇ ਨੇ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਇਸ ਸੰਸਾਰ ਦੇ ਵਿੱਚ ਭਟਕ ਰਹੇ ਜੀਵਾਂ ਨੂੰ, ਅਨੇਕਤਾ ਦੇ ਵਿੱਚ ਭਟਕ ਰਹੇ ਜੀਵਾਂ ਨੂੰ ਇੱਕ ਪਰਮੇਸ਼ਰ ਦੇ ਲੜ ਲਾਇਆ। ਕਲਯੁਗ ਅੰਦਰ ਇੱਕ ਦਿਖਾਇਆ ਭਾਵ ਇੱਕ ਪਰਮੇਸ਼ਰ ਦੇ ਦਰਸ਼ਨ ਕਰਵਾਏ, ਇੱਕ ਪਰਮੇਸ਼ਰ ਦੇ ਨਾਲ ਜੋੜਿਆ। ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਕੋਈ ਗੁਰਮੁਖੋ ਇਹ ਕਹਿ ਲਓ ਅਵਤਾਰ, ਗੁਰੂ ਬਾਬੇ ਨੇ ਕਿਹਾ ਨਹੀਂ, ਜੋ ਆਇਆ ਉਹਨੇ ਜਾਣਾ ਹੀ ਹੈ, ਰਹਿਣ ਵਾਲਾ ਕੇਵਲ ਇੱਕ ਓਅੰਕਾਰ ਪਰਮੇਸ਼ਰ ਹੈ। ਜੋ ਵੀ ਆਇਆ ਜਨਮੰ ਤਾਂ ਮਰਨੰ, ਇਸ ਦਾ ਸਿਧਾਂਤ ਸਿੱਖ ਧਰਮ ਦਾ। ਤੁਸੀਂ ਦੇਖਿਆ ਨਹੀਂ ਕੱਲ੍ਹ ਉਹ ਬਿਆਸ ਵਾਲੇ ਬਾਬੇ ਨੇ ਉਹ ਨਵਾਂ ਬਾਬਾ ਬਣਾਤਾ, ਇੱਕ ਬਣਾਇਆ ਨਾ ਉਹ। ਤੁਸੀਂ ਸੋਚ ਕੇ ਦੇਖੋ ਜੇ ਕਿਤੇ ਸਾਨੂੰ ਇੱਦਾਂ ਕਰਨਾ ਪੈਂਦਾ, ਸਾਨੂੰ ਇੱਦਾਂ ਕਰਨਾ ਪੈਂਦਾ। ਗੁਰਦੁਆਰੇ ਦਾ ਪ੍ਰਧਾਨ ਚੋਣਾ ਹੋਵੇ, ਦੋ ਚਾਰਾਂ ਸਾਲਾਂ ਬਾਅਦ ਕਿੱਦਾਂ ਲੜਾਈਆਂ ਹੁੰਦੀਆਂ ਹੁੰਦੀਆਂ, ਥਾਂ ਥਾਂ ਹੁੰਦੀਆਂ। ਅਤੇ ਤੁਸੀਂ ਵੇਖੋ ਜੇ ਕਿਤੇ 10-15-20 ਸਾਲਾਂ ਤੋਂ ਬਾਅਦ ਸਿੱਖਾਂ ਨੂੰ ਗੁਰੂ ਚੋਣਾ ਪੈਂਦਾ ਹੋ, ਕੀ ਹਾਲ ਹੋਣੀ ਸੀ ਕੌਮ ਦੀ? 15-20 ਬਣ ਕੇ ਬੈਠੇ ਹੋਣੇ ਸੀ ਹੁਣ ਥਾਂ ਥਾਂ ਦੇ ਉੱਤੇ। ਪਰ ਗੁਰੂ ਬਾਬੇ ਨੇ ਕਿਰਪਾ ਕੀਤੀ ਨਾ, ਸਦੀਵੀ ਗੁਰੂ ਬਖਸ਼ਿਆ ਸਾਨੂੰ।
ਵੀ ਸਿੱਖਾਂ ਮੰਨਣਾ ਹੀ ਹੈ ਤੂੰ ਬਸ। ਇਹ ਸਦੀਵੀ ਜੁਗੋ ਜੁਗ ਅਟਲ ਹੈ, ਇਹ ਗੱਦੀ ਜੁਗਾਂ ਜੁਗਾਂ ਤੱਕ ਰਹਿਣ ਵਾਲੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਗੁਰਮੁਖੋਂ ਕਲਯੁਗ ਅੰਦਰ ਇੱਕ ਦਿਖਾਇਆ, ਇੱਕ ਪਰਮੇਸ਼ਰ ਨਾਲ ਜੋੜ ਦਿੱਤਾ। ਇਹ ਨਹੀਂ ਹੈ ਵੀ ਤੈਨੂੰ 10-15-20 ਸਾਲਾਂ ਬਾਅਦ ਰੱਬ ਬਦਲਣਾ ਪਿਆ ਕਰੇਗਾ। ਬਾਬਾ ਮਰ ਗਿਆ ਕਹਿੰਦੇ ਹੁਣ ਨਵਾਂ ਰੱਬ ਬਣਾਈਏ, ਹੁਣ ਨਵੇਂ ਦੀ ਪੂਜਾ ਕਰਿਆ ਕਰਾਂਗੇ। ਨਹੀਂ, ਜੁਗਾਂ ਜੁਗਾਂ ਤੱਕ ਇੱਕੋ ਹੀ ਪਰਮੇਸ਼ਰ, ਇੱਕੋ ਹੀ ਗੁਰੂ ਹੈ ਗੁਰਮੁਖ। ਸਾਡੇ ਅੰਦਰੋਂ ਉਹ ਚਿੰਤਾ, ਉਹ ਦੁਵਿਧਾ ਮਿਟਾ ਦਿੱਤੀ ਗੁਰੂ ਪਾਤਸ਼ਾਹ ਨੇ। ਤੋ ਕੀ ਕੀਤਾ? ਕਲਯੁਗ ਅੰਦਰ, ਇਸ ਕੱਲਿਆ ਭਰੇ ਸਮੇਂ ਦੇ ਅੰਦਰ ਇੱਕ ਦਿਖਾਇਆ, ਇੱਕ ਵਾਹਿਗੁਰੂ ਪਰਮੇਸ਼ਰ ਦਿਖਾਇਆ, ਇੱਕ ਨਾ ਜੋੜਿਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਚਾਰ ਸੀ ਧਰਮ ਦੇ ਪੈਰ ਮਜ਼ਬੂਤ ਕੀਤੇ। ਹੁਣ ਚਾਰ ਧਰਮ ਦੇ ਪੈਰ ਨੇ ਨਾ, ਉਹ ਗੁਰਮੁਖੋਂ ਸਮੇਂ ਸਮੇਂ ਅਨੁਸਾਰ ਨਾ ਵੱਖ ਵੱਖ ਵਿਦਵਾਨਾਂ ਨੇ ਜਿਹੜੇ ਨੇ ਉਹ ਵੱਖ ਵੱਖ ਕੀਤੇ ਨੇ। ਵੈਸੇ ਜਿਹੜੇ ਅਧਿਆਤਮਿਕ ਪੱਖ ਤੋਂ ਆਪਾਂ ਧਰਮ ਦੇ ਚਾਰ ਪੈਰ ਦੇਖੀਏ, ਉਹ ਹੈ ਸੱਤ, ਸੰਤੋਖ, ਸੰਜਮ ਅਤੇ ਦਇਆ। ਸੱਤ, ਸੰਤੋਖ, ਸੰਜਮ ਅਤੇ ਦਇਆ। ਤਿੰਨ ਪੈਰ ਧਰਮ ਦੇ ਕਹਿੰਦੇ ਖਤਮ ਹੋ ਚੁੱਕੇ ਸੀ, ਸੱਤ ਲੋਕਾਂ ਵਿੱਚੋਂ ਖਤਮ ਹੋ ਚੁੱਕਿਆ ਸੀ, ਸੰਤੋਖ ਖਤਮ ਹੋ ਚੁੱਕਿਆ ਸੀ, ਸੰਜਮ, ਸੰਜਮ ਦਾ ਕੀ ਅਰਥ ਹੁੰਦਾ? ਮਰਿਆਦਾ। ਸੰਜਮ ਦਾ ਕੀ ਅਰਥ ਹੈ? ਮਰਿਆਦਾ। ਦੁਨੀਆਂ ਦੇ ਲੋਕਾਂ ਵਿੱਚੋਂ ਧਰਮ ਦੀ ਮਰਿਆਦਾ ਖਤਮ ਹੋ ਚੁੱਕੀ ਸੀ। ਇੱਕੋ ਹੀ ਪੈਰ ਸੀ ਦਇਆ, ਦਇਆ ਦੇ ਸਹਾਰੇ ਖੜ੍ਹਾ ਸੀ ਧਰਮ। ਧਰਮ ਰੂਪੀ ਜਿਹੜਾ ਧੌਲਾ ਬਲਦ ਕਿਹਾ ਜਾਂਦਾ ਹੈ, ਉਹ ਧਰਮ ਕਾਹਦੇ ਸਹਾਰੇ ਸੀ? ਇਕੱਲੀ ਦਇਆ ਰਹਿ ਗਈ ਸੀ ਬਸ। ਹੁਣ ਜਿਹੜਾ ਚਾਰ ਪੈਰ ਸਨ, ਤਿੰਨ ਪੈਰ ਖਤਮ ਹੋ ਗਏ ਅਤੇ ਭਾਰ ਤਾਂ ਉਨਾ ਹੀ ਹੈ, ਇੱਕੋ ਹੀ ਪੈਰ ਧਰਮ ਦਾ ਰਹਿ ਗਿਆ ਸੀ, ਉਹ ਸੀ ਦਇਆ ਵਾਲਾ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਾਰੇ ਪੈਰ ਧਰਮ ਦੇ, ਵੈਸੇ ਉਸ ਤੋਂ ਬਾਅਦ ਜਿਹੜੇ ਵੱਖ ਵੱਖ ਵਿਦਵਾਨ ਨੇ ਅੱਜ ਦੇ ਤਰੀਕੇ ਨਾਲ, ਉਹ ਹੋਰ ਤਰੀਕੇ ਨਾਲ ਧਰਮ ਦੇ ਚਾਰ ਪੈਰ, ਕਿਉਂਕਿ ਵਕਤਾਂ ਦੇ ਅਨੁਸਾਰ ਵਿਆਖਿਆ ਬਦਲਦੀ ਰਹਿੰਦੀ ਹੈ ਨਾ। ਜਿੱਦਾਂ ਅੱਜ ਧਰਮ ਦੇ ਪੈਰ, ਮੈਂ ਕੱਲ੍ਹ ਪੜ੍ਹ ਰਿਹਾ ਸੀ ਕਿਤੇ, ਉਹ ਕਹਿੰਦੇ ਧਰਮ ਦਾ ਇੱਕ ਪੈਰ ਰਾਜਨੀਤਿਕ ਲੋਕ ਹੁੰਦੇ ਹੈ, ਧਰਮ ਦਾ ਦੂਜਾ ਪੈਰ ਧਾਰਮਿਕ ਆਗੂ ਹੁੰਦੇ ਹੈ, ਧਰਮ ਦਾ ਤੀਜਾ ਪੈਰ ਧਰਮ ਦਾ ਗਿਆਨ ਹੁੰਦਾ ਹੈ, ਅਤੇ ਧਰਮ ਦਾ ਚੌਥਾ ਪੈਰ ਗੁਰੂ ਹੁੰਦਾ ਹੈ, ਗੁਰੂ ਅਸਥਾਨ ਹੁੰਦੇ ਨੇ। ਅੱਜ ਦੇ ਤਰੀਕੇ ਨਾਲ ਆਪਾਂ ਇੱਦਾਂ ਵੀ ਵਿਆਖਿਆ ਕੀਤੀ ਜਾਂਦੀ ਹੈ। ਹੁਣ ਵੀ ਕਹਿੰਦੇ ਇੱਕੋ ਹੀ ਧਰਮ ਦਾ ਪੈਰ ਹੈ, ਬਸ ਗੁਰੂ ਅਤੇ ਗੁਰੂ ਅਸਥਾਨ, ਤਿੰਨ ਚੀਜ਼ਾਂ ਖਤਮ ਹੋ ਚੁੱਕੀਆਂ ਨੇ, ਧਾਰਮਿਕ ਆਗੂ ਕਰਪਟ ਹੋ ਚੁੱਕੇ ਹੈ, ਰਾਜਨੀਤਿਕ ਪੈਰ ਬੇਈਮਾਨ ਹੋ ਚੁੱਕੇ ਹੈ, ਅਤੇ ਤੀਜਾ ਗਿਆਨ ਵੰਡਣ ਵਾਲੇ ਜਿਹੜੇ ਧਰਮ ਦੇ ਪ੍ਰਚਾਰਕ, ਤੀਜਾ ਧਰਮ ਦਾ ਪੈਰ ਸੀ ਉਹ ਵੀ ਸੰਪਰਦਾਵਾਂ ਆਪਣੇ ਜਥਿਆਂ ਦਾ ਪ੍ਰਚਾਰ ਕਰ ਰਹੇ ਆ, ਸੱਚ ਦਾ ਪ੍ਰਚਾਰ ਕਰ ਹੀ ਨਹੀਂ ਕੋਈ ਰਿਹਾ, ਇੱਕੋ ਹੀ ਧਰਮ ਦਾ ਪੈਰ ਬਾਕੀ ਹੈ, ਗੁਰੂ ਅਤੇ ਗੁਰੂ ਸਥਾਨ, ਬਸ ਇੱਕੋ ਹੀ ਹੈ, ਗੁਰੂ ਸਹਾਰੇ ਹੀ ਹੈ ਹੁਣ ਧਰਮ। ਅਰਥ ਕੀ ਬਣਿਆ? ਇੱਕੋ ਹੀ ਪੈਰ ਦੇ ਸਹਾਰੇ ਹੈ ਧਰਮ, ਉਹ ਹੈ ਗੁਰੂ, ਬਸ ਗੁਰੂ ਦੇ ਸਹਾਰੇ ਧਰਮ ਖੜ੍ਹਾ। ਤਿੰਨ ਪੈਰ ਧਰਮ ਦੇ ਖਤਮ ਹੋ ਚੁੱਕੇ ਹੈ। ਕੋਈ ਸਮਾਂ ਸੀ ਨਾ, ਸ਼੍ਰੀ ਕ੍ਰਿਸ਼ਨ ਜੀ ਵਰਗਾ ਰਾਜਾ ਹੈ, ਕ੍ਰਿਸ਼ਨ ਜੀ ਕੌਣ ਨੇ? ਰਾਜੇ ਨੇ ਦੁਆਰਕਾ ਦੇ, ਜੇ ਦੇਖੋ ਪਿਆਰ ਹੀ ਪਿਆਰ ਹੋਏਗਾ ਨਾ ਉੱਥੇ। ਕਿਤੇ ਰਾਮ ਚੰਦਰ ਵਰਗਾ ਰਾਜਾ ਹੈ,
ਜਿਹਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ। ਤੁਸੀਂ ਵੇਖੋ ਵੀ ਰਾਜਨੀਤੀ ਕਿੱਦਾਂ ਦੀ ਹੋਏਗੀ ਜਿੱਥੇ ਧਰਮੀ ਬੰਦਾ ਰਾਜਾ ਬਣ ਕੇ ਬੈਠਾ। ਅੱਜ ਵੇਖੋ ਧਰਮ ਦੇ ਲੋਕ ਕਿੱਦਾਂ ਦੇ ਨੇ। ਇਸ ਕਰਕੇ ਇਹ ਚਾਰ ਧਰਮ ਦੇ ਪੈਰ ਹੁੰਦੇ ਨੇ, ਸੱਤ, ਸੰਤੋਖ, ਸੰਜਮ ਅਤੇ ਦਇਆ। ਚਾਰ ਪੈਰ ਧਰਮ ਦੇ, ਚਾਰ ਵਰਨ, ਇੱਕ ਵਰਨ ਕਰਾਇਆ। ਕਹਿਣ ਲੱਗੇ ਚਾਰ ਵਰਨਾਂ ਦੇ ਵਿੱਚ ਆ ਧਰਤੀ ਦੇ ਲੋਕ ਵੰਡੇ ਜਾ ਚੁੱਕੇ ਸੀ। ਗੁਰੂ ਬਾਬੇ ਨੇ ਕਿਹਾ ਇੱਕੋ ਹੀ ਵਰਨ ਹੈ ਭਾਈ, ਇੱਕੋ ਵਰਨ ਕਿਹੜਾ, ਸਾਰੇ ਇੱਕੋ ਹੀ ਪਰਮੇਸ਼ਰ ਦੀ ਔਲਾਦ ਹੈ। ਮਤਾਂ ਸਮਝੋ ਇੱਦਾਂ ਵੀ, ਵੇਖੋ ਨਾ ਕਿੰਨੀ ਚਲਾਕੀ ਦੇ ਨਾਲ ਦੁਨੀਆ 'ਚ ਲੋਕਾਂ ਨੂੰ ਇੱਦਾਂ ਵੰਡਿਆ ਗਿਆ। ਬ੍ਰਾਹਮਣ ਨੇ ਕਿੱਦਾਂ ਵੰਡਿਆ ਗੁਰਮੁਖੋ, ਉਹਨੂੰ ਪੁੱਛਿਆ ਵੀ ਤੂੰ ਤੂੰ ਕੌਣ ਹੁੰਦਾ ਇੱਦਾਂ ਜਾਤ ਪਾਤ ਪੈਦਾ ਕਰਨ ਵਾਲਾ। ਮੈਂ ਕਹਿੰਦਾ ਮੈਂ ਕੀ, ਮੈਂ ਤਾਂ ਕੁਛ ਵੀ ਨਹੀਂ ਕੀਤਾ। ਇਹ ਤਾਂ ਜਾ ਕੇ ਬ੍ਰਹਮਾ ਜੀ ਨੂੰ ਪੁੱਛੋ, ਇੱਦਾਂ ਹੀ ਕਹਿੰਦਾ ਸੀ। ਜੇ ਕਿਸੇ ਨੇ ਬ੍ਰਾਹਮਣ ਨੂੰ ਕਹਿਣਾ ਨਾ ਵੀ ਤੂੰ ਇਹ ਲੋਕਾਂ ਨੂੰ ਚਾਰ ਜਾਤਾਂ 'ਚ ਵੰਡਿਆ ਵੀ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਹੈ, ਸ਼ੂਦਰ, ਉਹ ਕਹਿੰਦਾ ਮੈਂ ਨਹੀਂ ਕੁਛ ਕੀਤਾ। ਇਹ ਤਾਂ ਬ੍ਰਹਮਾ ਜੀ ਨੇ ਦੁਨੀਆ ਸਾਜੀ, ਜਿਹਨੂੰ ਮੂੰਹ ਵਿੱਚੋਂ ਪੈਦਾ ਕੀਤਾ ਕਹਿਣ ਲੱਗੇ ਉਹ ਬ੍ਰਾਹਮਣ ਬਣ ਗਏ, ਜਿਹਨੂੰ ਬਾਹਾਂ 'ਚੋਂ ਪੈਦਾ ਕੀਤਾ ਉਹ ਖੱਤਰੀ ਬਣ ਗਏ, ਜਿਹਨੂੰ ਜਾਂਘ ਪੱਟਾਂ 'ਚੋਂ ਪੈਦਾ ਕੀਤਾ ਉਹ ਵੈਸ਼ ਬਣ ਗਏ, ਜਿਹਨੂੰ ਪੈਰਾਂ 'ਚੋਂ ਪੈਦਾ ਕੀਤਾ ਉਹ ਸ਼ੂਦਰ ਬਣ ਗਏ। ਭਾਈ ਮੈਨੂੰ ਨਾ ਕੁਛ ਕਹੋ, ਇਹ ਤਾਂ ਬ੍ਰਾਹਮਣ ਜੀ ਨੂੰ ਜਾ ਕੇ ਪੁੱਛੋ, ਉਹਨੇ ਭਾਈ ਦੁਨੀਆ ਦੇ ਲੋਕਾਂ ਨੂੰ ਵੱਖ ਵੱਖ ਅੰਗਾਂ ਵਿੱਚੋਂ ਪੈਦਾ ਕਿਉਂ ਕੀਤਾ। ਹੁਣ ਬ੍ਰਹਮਾ ਲੱਭੇ ਤੇ ਪੁੱਛੀਏ, ਬ੍ਰਹਮਾ ਲੱਭੇ ਤੇ ਪੁੱਛੀਏ, ਕਿੱਥੋਂ ਪੁੱਛੀਏ ਬ੍ਰਹਮਾ ਜੀ ਨੂੰ। ਉਹ ਤਾਂ ਮੂਰਤੀ ਬਣਾਤੀ ਬ੍ਰਹਮਾ ਜੀ ਦੀ, ਤਾਂ ਚਲਾਕੀ ਨਾਲ ਇੱਦਾਂ ਲੱਭੋ ਪੁੱਛੋ ਲੈ ਲਓ ਜਵਾਬ। ਇਹ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਨਹੀਂ ਭਾਈ, ਏਕ ਪਿਤਾ ਏਕ ਸਕੇ ਹਮ ਬਾਰਕ, ਇੱਕੋ ਹੀ ਪਿਤਾ ਹੈ, ਸਾਰੇ ਇੱਕੋ ਹੀ ਪਰਮੇਸ਼ਰ ਦੀ ਔਲਾਦ ਹੈ, ਅਤੇ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਦੇ ਰਾਹੀਂ ਜੀਵ ਸੰਸਾਰ 'ਤੇ ਆਉਂਦੇ ਹੈ, ਕਿਹਾ ਹੀ ਨਹੀਂ ਬਾਬੇ ਨੇ ਵੀ ਕੋਈ ਪੈਰਾਂ ਰਾਹੀਂ ਆਇਆ ਅਤੇ ਕੋਈ ਬਾਹਾਂ ਰਾਹੀਂ ਆਇਆ, ਕੋਈ ਮੂੰਹ ਰਾਹੀਂ ਆਇਆ। ਕੀ ਕਿਹਾ ਬਾਬੇ ਨੇ, ਮਾਤਾ ਪਿਤਾ ਰਾਹੀਂ ਸੰਸਾਰ 'ਤੇ ਆਉਂਦੇ ਨੇ ਭਾਈ। ਇਹੀ ਕਿਹਾ ਨਾ, ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ, ਕਬੀਰ ਸਾਹਿਬ, ਆਣ ਬਾਟ ਕਾਹੇ ਨਹੀਂ ਆਇਆ, ਦੱਸ ਤੂੰ ਤੂੰ ਕਿਸੇ ਹੋਰ ਰਸਤੇ ਦੇ ਰਾਹੀਂ ਸੰਸਾਰ 'ਤੇ ਆਇਆ। ਇੱਕੋ ਹੀ ਰਸਤਾ ਹੈ ਭਾਈ, ਮਾਂ ਦੇ ਪੇਟ ਦੇ ਰਾਹੀਂ ਸਾਰੇ ਸੰਸਾਰ 'ਤੇ ਆਏ ਹਾਂ। ਜਿਹੜਾ ਬ੍ਰਾਹਮਣ ਕਹਿੰਦਾ ਸੀ ਨਾ, ਉਹਨੂੰ ਪੁੱਛ ਕੇ ਦੇਖੋ ਵੀ ਤੂੰ ਕਿਹੜੇ ਰਸਤੇ ਰਾਹੀਂ ਆਇਆ, ਵੀ ਮਾਂ ਰਾਹੀਂ ਆਇਆ ਤੂੰ ਵੀ। ਦੁਨੀਆ ਸਵਾਲ ਕਰ, ਜਿਵੇਂ ਕੱਲ੍ਹ ਆਪਾਂ ਕੀਤਾ ਨਾ ਵੀ ਸਵਾਲ ਕਰਨ ਨੂੰ ਪਾਪ ਗੁਰਮੁਖੋ ਸਮਝਿਆ ਜਾਂਦਾ ਸੀ। ਬ੍ਰਾਹਮਣ ਸਟੇਜ 'ਤੇ ਬੈਠਾ ਇੱਦਾਂ ਗੱਲਾਂ ਕਰਦਾ ਸੀ ਵੀ ਭਾਈ ਬ੍ਰਾਹਮਣ ਮੂੰਹ ਵਿੱਚੋਂ ਪੈਦਾ ਹੋਏ, ਬ੍ਰਹਮਾ ਦੇ ਖੱਤਰੀ ਬਾਹਾਂ ਵਿੱਚੋਂ ਪੈਦਾ ਹੋਏ, ਅਤੇ ਕਿਸੇ ਨੇ ਬ੍ਰਾਹਮਣ ਨੂੰ ਨਹੀਂ ਪੁੱਛਿਆ ਵੀ ਤੂੰ ਦੱਸ ਮਾਂ ਦੇ ਮੂੰਹ ਵਿੱਚੋਂ ਪੈਦਾ ਹੋਇਆ ਕਿ ਮਾਂ ਦੇ ਗਰਭ ਰਾਹੀਂ ਪੈਦਾ ਹੋਇਆ, ਕਿਸੇ ਨੇ ਪੁੱਛਿਆ ਹੀ ਨਹੀਂ। ਕਿਉਂ? ਕਿਉਂਕਿ ਸਵਾਲ ਕਰਨਾ ਪਾਪ ਹੈ, ਇਹ ਇਹ ਕਿਹਾ ਜਾਂਦਾ ਸੀ ਇੱਦਾਂ। ਇਸ ਕਰਕੇ ਇਹ ਇਹ ਚਾਰ ਵਰਨ ਇੱਕ ਵਰਨ ਕਰਾਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਾਰਾਂ ਵਰਨਾਂ ਨੂੰ ਇੱਕ ਵਰਨ ਬਣਾ ਦਿੱਤਾ, ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਔਲਾਦ ਹਨ। ਰਾਜਾ ਰੰਕ ਬਰਾਬਰੀ, ਰਾਜੇ ਨੂੰ ਅਤੇ ਰੰਕ ਨੂੰ ਗੁਰੂ ਬਾਬੇ ਨੇ ਬਰਾਬਰ ਕੀਤਾ। ਗੁਰਮੁਖੋ ਇੱਥੇ ਕਿਹਾ ਜਾਂਦਾ ਸੀ ਰਾਜਾ ਨੇਕ ਲੰਕ ਅਵਤਾਰ ਹੈ, ਇੱਦਾਂ ਕਿਹਾ ਜਾਂਦਾ ਸੀ ਜੀ।
ਨਾ ਰਾਜਾ ਕੀ ਹੈ? ਕਹਿੰਦੇ ਰਾਜਾ ਨੇ ਕਲੰਕ ਅਵਤਾਰ ਹੈ। ਅਰਥ ਕੀ ਬਣਿਆ? ਵੀ ਰਾਜਾ ਕੁਛ ਵੀ ਕਰੇ ਉਹਦੇ ਉੱਤੇ ਕੋਈ ਕਲੰਕ ਨਹੀਂ ਹੈ। ਨੇ ਕਲੰਕ ਦਾ ਅਰਥ ਇਹੀ ਹੁੰਦਾ ਵੀ ਕੁਛ ਵੀ ਕਰੇ, ਕੋਈ ਗਲਤ ਵੀ ਕਰੇ ਉਹ ਕੀ ਸੀ? ਤੁਸੀਂ ਦੇਖੋ ਨਾ ਆ ਤਿਉਹਾਰ ਲੰਘਿਆ ਤੀਆਂ ਦਾ ਕਿੱਦਾਂ ਕਿੱਦਾਂ ਕਈ ਸਕੂਲਾਂ ਵਿੱਚ ਵੀ ਮਨਾਈਆਂ ਗਈਆਂ, ਕਿਉਂਕਿ ਉਹ ਅਗਿਆਨਤਾ ਸਾਡੇ ਅੰਦਰ। ਮੁਗਲਾਂ ਦੇ ਵੇਲੇ ਤੀਆਂ ਦੀ ਸ਼ੁਰੂਆਤ ਹੋਈ। ਜਿਹੜੇ ਮੁਗਲ ਰਾਜੇ ਸੀ ਉਹ ਬੱਚੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਜਾਂ ਕਈ ਕੀ ਵਿਆਹ ਕਰਵਾਉਂਦੇ ਸੀ। ਇੱਦਾਂ ਉਹਨਾਂ ਨੇ ਚਲਾਕੀ ਕੀਤੀ ਵੀ ਲੋਕਾਂ ਦੀਆਂ ਧੀਆਂ ਪੜ੍ਹਨ ਨੂੰ ਘਰੋਂ ਬਾਹਰ ਕੱਢ ਕੇ ਕਿਵੇਂ ਦੇਖੀਏ ਆਪਾਂ। ਉਹ ਕਹਿੰਦੇ ਇੱਕ ਸਾਲ ਵਿੱਚ ਇੱਦਾਂ ਇੱਕ ਪ੍ਰੋਗਰਾਮ ਕਰਵਾਓ ਜਿੱਥੇ ਸਾਰੀਆਂ ਬੱਚੀਆਂ ਨੇ ਜਿਹੜੀਆਂ ਉਹ ਆ ਕੇ ਖੁਸ਼ੀ ਮਨਾਇਆ ਕਰਨਗੀਆਂ। ਉਹ ਘਰੋਂ ਬੱਚੀਆਂ ਨਿਕਲਦੀਆਂ ਸੀ ਨੱਚਣ ਗਾਉਣ ਦੇ ਬਹਾਨੇ, ਉਹ ਰਾਜੇ ਉਹਨਾਂ ਨੂੰ ਵੇਖਦੇ ਸੀ। ਬੱਚੀਆਂ ਨੂੰ ਵੇਖਣ ਦੇ ਲਈ ਇਹ ਤਿਉਹਾਰ ਬਣਾਇਆ ਗਿਆ ਸੀ ਮੁਗਲਾਂ ਦੇ ਵੱਲੋਂ। ਫਿਰ ਉਹ ਜਿਹੜੀ ਉਹ ਬੱਚੀ ਨੂੰ ਸੁਹੱਪਣ ਲੱਗਦਾ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ, ਬਾਅਦ ਵਿੱਚ ਜ਼ਬਰਦਸਤੀ ਵਿਆਹ ਕਰਵਾਇਆ ਜਾਂਦਾ ਸੀ। ਇਹਦੇ 'ਚ ਤੀਆਂ ਸ਼ੁਰੂਆਤ ਹੋਈਆਂ ਸੀ। ਤੀਆਂ ਦੇ ਬਹਾਨੇ ਬੱਚੀਆਂ ਨੂੰ ਘਰੋਂ ਬਾਹਰ ਕੱਢਣ ਦਾ ਬਹਾਨਾ ਸੀ ਇਹ ਤੀਆਂ। ਤੁਸੀਂ ਦੇਖੋ ਵੀ ਹੁਣ ਕਿੱਦਾਂ ਉਹਨੂੰ ਉਲਟ ਦਿਸ਼ਾ ਦੇ ਵੱਲ, ਕਿਉਂਕਿ ਪਤਾ ਨਹੀਂ ਵੀ ਕਾਹਤੋਂ ਕੀ ਗੱਲ ਸੀ ਇਹ, ਕਿਉਂਕਿ ਉਹਨੂੰ ਦਿਸ਼ ਕੋਈ ਹੋਰ ਤਰੀਕੇ ਨਾਲ ਸ਼ਿੰਗਾਰਿਆ ਜਾਂਦਾ ਨਾ ਇੱਦਾਂ। ਇਸ ਕਰਕੇ ਤੋ ਇਹ ਗੱਲ ਤਾਂ ਗੁਰੂ ਬਾਬੇ ਨੇ ਕੀਤੀ, ਰਾਣਾ ਰੰਕ ਬਰਾਬਰੀ। ਰਾਜੇ ਨੂੰ ਅਤੇ ਰੰਕ ਨੂੰ ਗੁਰੂ ਬਾਬੇ ਨੇ ਬਰਾਬਰ ਥਾਂ ਦਿੱਤੀ। ਇਹ ਨਹੀਂ ਹੈ ਵੀ ਰਾਜਾ ਆਏਗਾ ਅਤੇ ਕਿਸੇ ਉੱਚੀ ਥਾਂ 'ਤੇ ਬੈਠੇਗਾ, ਨਾ ਨਾ ਨਾ। ਭਾਵੇਂ ਲੰਗਰ ਵਿੱਚ ਆਵੇ, ਭਾਵੇਂ ਗੁਰੂ ਦਰਬਾਰ ਵਿੱਚ ਆਵੇ, ਦੇਸ਼ ਦਾ ਪ੍ਰਧਾਨ ਮੰਤਰੀ ਵੀ ਆ ਜੇ, ਜਿਵੇਂ ਤੁਸੀਂ ਬੈਠੇ ਹੋ ਆਈ ਬੈਠਣਾ ਪਏਗਾ। ਇਹ ਥੋੜ੍ਹਾ ਲੋਕ ਕਿਤੇ ਵੱਖਰੀ ਲਾਵਾਂਗੇ। ਇੱਕ ਰਕਸ਼ੀ ਵਾਲਾ ਗੁਰੂ ਦਰਬਾਰ ਵਿੱਚ ਆਇਆ, ਇੱਕ ਪ੍ਰਧਾਨ ਮੰਤਰੀ ਗੁਰੂ ਦਰਬਾਰ ਆਇਆ, ਇੱਕੋ ਹੀ ਥਾਂ ਉੱਤੇ ਦੋਨਾਂ ਨੂੰ ਬੈਠਣਾ ਪਿਆ। ਇਹ ਹੈ ਰਾਣਾ ਰੰਕ ਬਰਾਬਰੀ। ਇਹ ਬਾਬੇ ਨੇ ਨਿਯਮ ਬਣਾਇਆ, ਇਹ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਬਣਾਈ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਸਤਿਗੁਰੂ ਪਾਤਸ਼ਾਹ ਨੇ ਕਿਹਾ ਭਾਈ ਇਹ ਜਿਹੜਾ ਹੈ ਗਰੀਬ ਅਤੇ ਅਮੀਰ ਪਰਮਾਤਮਾ ਨੇ ਇੱਕੋ ਹੀ ਪੈਦਾ ਕੀਤੇ ਨੇ, ਇਸ ਕਰਕੇ ਪੈਰੀ ਪੈਣਾ ਐਸੀ ਨਿਮਰਤਾ ਦਾ ਗੁਣ। ਪੈਰੀ ਪਵਣਾ ਦਾ ਕੀ ਅਰਥ ਹੈ? ਨਿਮਰਤਾ। ਪੈਰੀ ਪਵਣਾ ਜਗ ਵਰਤਾਇਆ, ਐਸੀ ਨਿਮਰਤਾ ਦਾ ਗੁਣ ਸੀ ਜਿਹੜਾ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦ੍ਰਿੜ ਕਰਵਾਇਆ। ਉਲਟਾ ਖੇਲ ਪਿਰਮ ਦਾ, ਇਹ ਭਾਈ ਇੱਕ ਉਲਟਾ ਖੇਲ ਹੀ ਸਮਝੋ ਕਿ ਸਿਰ ਨੂੰ ਪੈਰਾਂ ਉੱਤੇ ਝੁਕਣ ਦੀ ਰੀਤ ਪੈਦਾ ਕਰ ਦਿੱਤੀ। ਇਹ ਕੀ ਸੀ? ਉਲਟਾ ਸੀ ਗੁਰਮਖੋਏ। ਵੱਡੇ ਵੱਡੇ ਰਾਜੇ ਨੇ ਕਲੰਕ ਅਵਤਾਰ ਖਵਾਉਣ ਵਾਲੇ, ਝੁਕਣਾ ਪੈਂਦਾ ਸੀ ਉਹਨਾਂ ਨੂੰ। ਕਹਿਣ ਲੱਗੇ ਇਹ ਨਹੀਂ ਹੈ ਵੀ ਰਾਜਾ ਹੈ ਅਤੇ ਨੇ ਕਲੰਕ ਅਵਤਾਰ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕੋਈ ਵੀ ਹੈ ਕਰਮ ਮਾੜਾ ਕਰੇਗਾ ਅਤੇ ਕਲੰਕ ਖੱਟੇਗਾ ਹੀ ਖੱਟੇਗਾ, ਕੋਈ ਵੀ ਹੈ। ਇਸ ਕਰਕੇ ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਵਾਇਆ। ਗੁਰੂ ਬਾਬੇ ਨੇ ਭਾਵ ਲੋਕਾਂ ਨੂੰ ਭਾਈ ਪੈਰਾਂ ਉੱਤੇ ਝੁਕਣ ਦੀ ਰਵਾਇਤ ਚਲਾਈ, ਲੋਕਾਂ ਨੂੰ ਨੀਵੇਂ ਹੋਣ ਦੀ ਮੱਤ ਸਿਖਾਈ ਬਾਬੇ ਨੇ। ਕਲਯੁੱਗ ਬਾਬੇ ਤਾਰਿਆ, ਕਲਯੁੱਗ ਦੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤਾਰਿਆ।
ਅਤੇ ਤਰੀਕਾ ਕੀ ਸੀ? ਸਤਨਾਮ ਪੜ੍ਹ, ਮੰਤਰ ਸੁਣਾਇਆ। ਸਤਨਾਮ ਦਾ ਮੰਤਰ, ਮੰਤਰ ਕੀ ਹੁੰਦਾ? ਉਪਦੇਸ਼। ਮੰਤਰ ਦਾ ਕੀ ਅਰਥ ਹੈ ਜੀ? ਉਪਦੇਸ਼। ਆਪਾਂ ਕਹਿੰਦੇ ਮੂਲ ਮੰਤਰ, ਮੁੱਢਲਾ ਉਪਦੇਸ਼, ਸਟਾਰਟਿੰਗ ਦੀ ਸਿੱਖਿਆ। ਇੱਦਾਂ ਮੰਤਰ ਦਾ ਅਰਥ ਹੁੰਦਾ ਉਪਦੇਸ਼। ਤੋ ਗੁਰੂ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਕਿਸ ਤਰੀਕੇ ਨਾਲ, ਕਿਹੜੀ ਸ਼ਕਤੀ ਦੇ ਕੇ ਸੰਸਾਰ ਦੇ ਲੋਕਾਂ ਨੂੰ ਸੰਸਾਰ ਤੋਂ ਉਤਾਰਿਆ? ਸਤਨਾਮ ਪੜ੍ਹ, ਮੰਤਰ ਸੁਣਾਇਆ। ਸਤਨਾਮ ਦਾ ਉਪਦੇਸ਼ ਗੁਰੂ ਬਾਬੇ ਨੇ ਸੰਸਾਰ ਵਿੱਚ ਵੰਡਿਆ। ਸਦੀਵੀ ਨਾਮ ਦੀ ਦਾਤ ਹੀ ਵੰਡੀ ਗੁਰਮੁਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਆ ਨਾ ਇੱਕ ਫਿਲਮ ਆਈ ਬੀਬੀ ਰਜਨੀ, ਤੁਹਾਨੂੰ ਪਤਾ ਹੋਣਾ, ਉਹ ਸਾਖੀ ਹੈ ਇੱਕ ਬਹੁਤ ਵਧੀਆ ਸਿੱਖਿਆ ਲੈਣ ਵਾਲੀ ਸਾਖੀ ਹੈ। ਵੀ ਉਹ ਬੱਚੀ ਸੀ, ਉਹ ਪਿਤਾ ਤੋਂ ਵੀ ਬੇਸਹਾਰਾ ਹੋਈ, ਪਤੀ ਰੋਗੀ ਸੀ, ਪਿੰਗਲਾ ਸੀ। ਇੱਕ ਸਾਖੀ ਸਾਡੇ ਸਾਖੀਕਾਰਾਂ ਨੇ ਇੱਦਾਂ ਸਾਨੂੰ ਸਮਝਾਉਣ ਦੇ ਲਈ ਬਣਾਈ ਸੀ, ਇੱਕ ਹੈ। ਹੋਈ ਜਾਂ ਨਹੀਂ ਹੋਈ ਉਹ ਤਾਂ ਗੱਲਬਾਤ ਦੀ ਹੈ। ਵੀ ਉਹ ਭਾਈ ਕਾਂ ਸੀ, ਉਹ ਚਿੱਟੇ ਹੋ ਜਾਂਦੇ ਸੀ ਇੱਦਾਂ। ਹੁਣ ਬੰਦਾ ਇਹ ਗੱਲ ਤਾਂ ਸਾਖੀ ਸਿੱਖਿਆ ਲੈਣੀ ਹੁੰਦੀ ਹੈ ਨਾ। ਹੁਣ ਸਾਡੀ ਕੌਮ ਬਹਿਸ ਵਿੱਚ ਪੈ ਗਈ ਵੀ ਸਾਖੀ ਹੋਈ ਕਿ ਨਹੀਂ ਹੋਈ। ਉਹ ਨਹੀਂ ਭਾਈ, ਗੱਲ ਤਾਂ ਇਹ ਆ ਵੀ ਮੈਂ ਕੌਏ ਵਰਗਾ, ਮੈਂ ਹੰਸ ਕਦੋਂ ਬਣਨਾ? ਸੋਚਣਾ ਤਾਂ ਇਹ ਸੀ ਜਿਹੜੇ ਕੌਏ ਬਣ, ਵੈਸੇ ਨਾ ਵੈਸੇ ਤਾਂ ਕਊਆ ਜਿਹੜਾ ਹੈ, ਕਊਆ ਕਾਲਾ ਹੀ ਸੋਹਣਾ ਲੱਗਦਾ। ਰੱਬ ਨੇ, ਕੁਦਰਤ ਨੇ ਕੌਏ ਨੂੰ ਕਾਲਾ ਹੀ ਬਣਾਇਆ, ਸੋਹਣਾ ਲੱਗਦਾ ਉੱਦਾਂ ਹੀ। ਸੋਚ ਕੇ ਦੇਖੋ ਚਿੱਟੇ ਕੌਏ ਕਿੱਦਾਂ ਦੇ ਹੋਣਗੇ, ਉਹ ਤਾਂ ਭੈੜੇ ਲੱਗਦੇ ਹੋਣਗੇ। ਹੋਰ ਹੀ ਕੁਦਰਤ ਨੇ ਹਰ ਚੀਜ਼ ਨੂੰ ਇੱਦਾਂ ਹੀ ਬਣਾਇਆ। ਪੂਰੇ ਕਾ ਕੀ ਆ, ਸਭ ਕੁਛ ਪੂਰਾ ਹੈ। ਪਰਮਾਤਮਾ ਨੇ ਹਰ ਜੀਵ ਨੂੰ ਪੂਰਾ ਹੀ ਬਣਾਇਆ। ਕੌਏ ਨੂੰ ਉੱਦਾਂ ਹੀ ਸੋਹਣਾ ਬਣਾਇਆ, ਰੱਬ ਨੇ ਬਣਾਇਆ, ਉਹ ਉੱਦਾਂ ਹੀ ਸੋਹਣਾ ਲੱਗਦਾ। ਉਹ ਤਾਂ ਇੱਕ ਸਾਖੀ ਸੀ ਵੀ ਬੰਦਿਆਂ, ਕਾਲੇ ਕੌਏ ਦਾ ਅਰਥ ਹੁੰਦਾ ਕਾਲੇ ਮਨ ਵਾਲਾ। ਆਪਾਂ ਕਹਿੰਦੇ ਕਾਲੇ, ਇਹਦਾ ਕਾਲਾ ਕਾਂ ਹੈ, ਬੇਈਮਾਨ ਬੰਦੇ ਨੂੰ ਕਹਿੰਦੇ ਸੀ ਲੋਕ ਪਹਿਲਾਂ। ਗੁਰੂ ਬਾਬੇ ਨੇ ਕਿਹਾ ਭਾਈ ਗੁਰੂ ਦਰ 'ਤੇ ਕਾਲੇ ਕੌਏ ਹੰਸਾਂ ਵਰਗੇ ਬਣ ਜਾਂਦੇ ਹੈ। ਅਰਥ ਕੀ ਹੁੰਦਾ? ਉਹ ਕਾਲੇ ਬੇਈਮਾਨ ਬੰਦੇ ਵੀ ਵੰਡਣ ਵਾਲੇ ਬਣ ਜਾਂਦੇ ਹੈ, ਇਮਾਨਦਾਰ ਬਣ ਜਾਂਦੇ ਹੈ। ਅਰਥ ਇੰਨਾ ਹੀ ਸੀ ਉਹਦਾ। ਅਤੇ ਉਹਦਾ ਤਰੀਕਾ ਕੀ ਸੀ? ਸਤਨਾਮ, ਵਾਹਿਗੁਰੂ ਦਾ ਸਿਮਰਨ, ਸਿਮਰਨ ਦੇ ਰਾਹੀਂ ਬਣਦੇ ਹੈ ਕਾਲੇ ਮਨਾਂ ਵਾਲੇ ਬੰਦੇ। ਹੰਸਾਂ ਵਰਗੇ ਚਿੱਟੇ ਸੋਹਣੇ ਆਤਮਾ ਵਾਲੇ, ਸੋਹਣੇ ਮਨ ਵਾਲੇ ਬਣ ਜਾਂਦੇ ਆ। ਕਾਹਦੇ ਨਾਲ? ਪਰਮੇਸ਼ਰ ਦੇ ਨਾਮ ਦੇ ਨਾਲ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਕਾਹਦੇ ਨਾਲ? ਨਾਮ ਦੀ ਮਹਿਮਾ ਹੈ, ਸਿਮਰਨ ਦੀ ਮਹਿਮਾ ਹੈ। ਤੋ ਬਾਬੇ ਨੇ ਤਰੀਕਾ ਹੀ ਇਹ ਵਰਤਾਇਆ ਸੀ ਗੁਰਮੁਖੋ। ਸਤਨਾਮ ਪੜ੍ਹ, ਮੰਤਰ ਸੁਣਾਇਆ, ਅਖੀਰ 'ਤੇ ਕਿਹਾ ਕੱਲ ਤਾਰਨ ਨਾ ਗੁਰ ਨਾਨਕ ਆਇਆ। ਗੁਰੂ ਨਾਨਕ ਸਾਹਿਬ ਸੰਸਾਰ 'ਤੇ ਕੀ ਕਰਨ ਆਏ ਨੇ? ਕਰਾਮਾਤਾਂ ਦਿਖਾਉਣ ਆਏ ਨੇ? ਸ਼ੋਭਾ ਵਡਿਆਈ ਲੈਣ ਵਾਸਤੇ ਆਏ ਨੇ? ਜਾਂ ਆਪਣਾ ਨਾਮ ਦੁਨੀਆ 'ਤੇ ਕਰਨ ਵਾਸਤੇ ਆਏ ਨੇ? ਜਾਂ ਕੋਈ ਰਾਜ ਸਥਾਪਿਤ ਕਰਨ ਵਾਸਤੇ ਆਏ ਨੇ? ਕਹਿਣ ਲੱਗੇ ਬਿਲਕੁਲ ਨਹੀਂ, ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਆਏ ਹਨ, ਲੋਕਾਂ ਦਾ ਭਲਾ ਕਰਨ ਵਾਸਤੇ ਆਏ ਹਨ, ਇੱਕ ਰੱਬ ਨਾਲ ਜੋੜਨ ਵਾਸਤੇ ਆਏ ਹਨ, ਪਾਪਾਂ ਤੋਂ ਬਚਾਉਣ ਵਾਸਤੇ ਆਏ ਹਨ। ਕੱਲ ਤਾਰਨ ਗੁਰ ਨਾਨਕ ਆਇਆ। ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।